ਖਬਰ ਅਗਲੀ ਬਰਨਾਲਾ ਤੋਂ ਹੈ ਜਿੱਥੇ ਬਾਰ ਐਸੋਸੀਏਸ਼ਨ ਤੇ ਚੋਣ ਮੈਨੀਫੈਸਟੋ ਲਈ ਸੁਝਾਅ ਲੈਣ ਪਹੁੰਚੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਵਕੀਲਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਦਰਅਸਲ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਰਜਿੰਦਰ ਕੌਰ ਦੇ ਵੱਲੋਂ ਸਟੇਜ ਤੋਂ ਵਕੀਲਾਂ ਨੂੰ ਲੁੱਟਣ ਵਾਲਾ ਮਹਿਕਮਾ ਕਿਹਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕੁਝ ਵਕੀਲਾਂ ਵੱਲੋਂ ਮੰਗ ਕੀਤੀ ਗਈ ਕਿ ਆਪ ਦੇ ਆਗੂ ਇਸ ਲਈ ਮਾਫ਼ੀ ਮੰਗਣ, ਪਰ ਸ਼ੇਰਗਿੱਲ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਅਜਿਹਾ ਬਿਆਨ ਨਹੀਂ ਦਿੱਤਾ ਗਿਆ, ਜਿਸ ਦੇ ਬਾਅਦ ਤਲਖੀ ਵੱਧ ਗਈ ਅਤੇ ਗੱਲ ਤੂੰ ਤੂੰ ਮੈਂ ਮੈਂ ਤੱਕ ਜਾ ਪਹੁੰਚੀ। ਜਿਸ ਤਰ੍ਹਾਂ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਵਕੀਲਾਂ ਦੇ ਰੋਸ ਦੇ ਕਾਰਨ ਸ਼ੇਰਗਿੱਲ ਨੂੰ ਆਪਣਾ ਭਾਸ਼ਣ ਵੀ ਵਿਚਕਾਰ ਹੀ ਰੋਕਣਾ ਪਿਆ। ਅਸੀਂ ਇੱਕ ਸਿੰਪਲ ਸਵਾਲ ਪੁੱਛਿਆ ਸੀ ਉਹਨਾਂ ਤੋਂ ਵੀ ਇਹਨਾਂ ਦੀ ਪ੍ਰੋਫੈਸਰ ਬਲਜਿੰਦਰ ਕੌਰ ਆ ਜਿਹੜੀ ਸੰਗਰੂਰ ਤੋਂ ਅਹੁਦੇਦਾਰ ਆ, ਉਹ ਇੱਕ ਪਿੰਡ 'ਚ ਇੱਥੇ ਆਏ, ਉੱਥੇ ਉਹਨਾਂ ਨੇ ਆ ਕੇ ਵਕੀਲਾਂ ਦੇ ਖਿਲਾਫ਼, ਡਾਕਟਰਾਂ ਦੇ ਖਿਲਾਫ਼ ਡਿਸਗ੍ਰੇਸਫੁਲ ਗੱਲ ਕੀਤੀ। ਅਸੀਂ ਤਾਂ ਇੰਨੀ ਹੋਈ ਗੱਲ ਉਹਨਾਂ ਤੋਂ ਪੁੱਛੀ ਸੀ, ਪਰ ਉਹਨਾਂ ਨੇ ਕੋਈ ਸਪਸ਼ਟੀਕਰਨ, ਕੋਈ ਉੱਤਰ ਉਹਨਾਂ ਨੇ ਦਿੱਤਾ ਨਹੀਂ, ਅਤੇ ਕਹਿੰਦੇ ਵੀ ਤੁਸੀਂ ਝੂਠ ਬੋਲਦੇ ਹੋ। ਉਹ ਸਾਰਿਆਂ ਦੇ ਸਾਹਮਣੇ ਆ ਉੱਥੇ ਜੋ ਵੀ ਗੱਲ ਹੋਈ, ਅਤੇ ਅੱਜ ਆਏ ਸੀ ਚੋਣ ਮੈਨੀਫੈਸਟੋ ਦੀ ਗੱਲ ਕਰਨ ਲੱਗ ਗਏ, ਪਾਰਟੀ ਦੀ ਦੂਜੀਆਂ ਪਾਰਟੀਆਂ ਦੇ ਖਿਲਾਫ਼ ਕੂਟ ਪ੍ਰਚਾਰ ਕਰਨ ਲੱਗ ਗਏ। ਅਸੀਂ ਉਹ ਵੀ ਰੋਕਿਆ ਵੀ ਇਹ ਸਾਂਝਾ ਮੰਚ ਆ, ਬਾਹਰ ਦਾ ਇੱਥੇ ਸਾਰੇ ਬੰਦੇ ਬੈਠੇ ਆ, ਤੁਸੀਂ ਆਪਦੀ ਪਾਰਟੀ ਦੀ ਗੱਲ ਕਰੋ, ਕਿਸੇ ਇੱਕ ਦੀ ਗੱਲ ਨਾ ਕਰੋ, ਨੁਕਤਾਚੀਨੀ ਨਾ ਕਰੋ, ਪਰ ਉਹ ਨਹੀਂ ਹਟੇ। ਸਰ, ਅਸੀਂ ਨਾ ਮੈਨੀਫੈਸਟੋ ਬਣਾ ਰਹੇ ਹਾਂ ਅਤੇ ਮੈਨੀਫੈਸਟੋ ਵਾਸਤੇ ਅਸੀਂ ਸਾਰੇ ਸੈਕਸ਼ਨ ਸੁਸਾਇਟੀ, ਸਾਰੇ ਪ੍ਰੋਫੈਸ਼ਨ ਦੇ ਲੋਕਾਂ ਨੂੰ ਸੁਝਾਅ ਲੈ ਰਹੇ ਹਾਂ। ਮੇਰੀ ਡਿਊਟੀ ਲੱਗੀ ਆ ਲੋਇਰਸ ਅਤੇ ਡਾਕਟਰਸ ਤੋਂ ਸੁਝਾਅ ਲੈਣ ਦੀ, ਅਤੇ ਅੱਜ ਸੁਝਾਅ ਲੈ ਕੇ ਗਏ ਹਾਂ ਜੀ, ਆ ਸਾਰੇ ਲੋਇਰ ਸੁਝਾਅ ਦਿਖੇ ਆ ਉਹ ਲਿਖ ਰਹੇ ਹਾਂ, ਕਿਉਂਕਿ ਅਸੀਂ ਨਵਾਂ ਇੱਕ ਮੈਨੀਫੈਸਟੋ ਬਣਾਉਣਾ ਹੈ। ਉਹਦੇ 'ਚ ਵੀ ਵਾਂਟ ਲੈਕਸ ਆਫ ਪੰਜਾਬੀਸ ਆਲਸੋ ਟੂ ਪਾਰਟੀਸਪੇਟ, ਕਰੋੜਸ ਆਫ ਪੰਜਾਬੀਸ ਟੂ ਪਾਰਟੀਸਪੇਟ ਐਂਡ ਬੀ ਪਾਰਟਨਰਸ ਇਨ ਬਿਲਡਿੰਗ ਆਫ ਅ ਨਿਊ ਪੰਜਾਬ। ਕੁਝ ਇਸ ਤਰ੍ਹਾਂ ਕਿ ਉਹ ਆਪਣਾ ਕਰਦੇ ਹੈਗੇ ਆ, ਉਹ ਤਾਂ ਮੈਨੂੰ ਪਤਾ ਲੱਗਿਆ ਬਹੁਤ ਪੈਸੇ ਖਰਚ ਕੇ ਉਹ ਸਾਰੇ ਇਵੈਂਟਸ ਹੁੰਦੇ ਆ, ਉਹ ਉਹਨਾਂ ਦਾ ਆਪਣਾ ਕਾਰਪੋਰੇਟ ਟਾਈਪ ਸਟਾਈਲ ਹੈਗਾ। ਅਸੀਂ ਤਾਂ ਦੇਖੋ ਆਮ ਲੋਕਾਂ 'ਚੋਂ ਸੁਝਾਅ ਲੈਣ ਆਏ ਹਾਂ, ਉਹ ਮੈਨੂੰ ਉਹ ਤਾਂ ਬਹੁਤ ਪੈਸੇ ਖਰਚ ਕੇ ਉਹ ਵਾਲੇ ਇਵੈਂਟਸ ਹੁੰਦੇ, ਅਸੀਂ ਤਾਂ ਬਸ ਪਾਣੀ ਪੀ ਕੇ ਦੇ ਇੱਥੇ ਲੋਕਾਂ ਤੱਕ ਪਹੁੰਚ ਗਏ।